ਪ੍ਰਾਈਮ ਏਸ਼ੀਆ ਟੀਵੀ ਦੇ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿੱਚ ਜਤਿੰਦਰ ਪੰਨੂ ਲੈ ਕੇ ਇੱਕ ਵਾਰ ਫਿਰ ਤੋਂ ਆਪ ਸਭ ਦੇ ਰੂਬਰੂ ਹੋ ਗਏ ਹਾਂ। ਅੱਜ ਦੇ ਇਸ ਪ੍ਰੋਗਰਾਮ ਵਿੱਚ ਬਹੁਤ ਸਾਰੀਆਂ ਖਬਰਾਂ ਨੇ ਜਿਨ੍ਹਾਂ 'ਤੇ ਚਰਚਾ ਕਰਾਂਗੇ। ਭਾਰਤ ਵਿੱਚ ਸ਼ੁਰੂ ਹੋਇਆ ਕੋਰੋਨਾ ਵਾਇਰਸ ਹੁਣ ਤੱਕ 17 ਦੇਸ਼ਾਂ ਵਿੱਚ ਫੈਲ ਚੁੱਕਿਆ, ਕਹਿ ਲਈਏ ਕਿ ਜਿਹੜਾ ਨਵਾਂ ਸਟ੍ਰੇਨ ਹੈ ਭਾਰਤ ਦਾ 17 ਦੇਸ਼ਾਂ ਤੱਕ ਪਹੁੰਚ ਗਿਆ। ਇਸ ਤੋਂ ਇਲਾਵਾ ਕਾਂਗਰਸ ਪਾਰਟੀ ਵਿੱਚ ਚੱਲ ਰਿਹਾ ਕਾਟੋ ਕਲੇਸ਼ ਵੀ ਹੁਣ ਅੱਗੇ ਵੱਲ ਵੱਧ ਰਿਹਾ, ਹੋਰ ਵੀ ਬਹੁਤ ਸਾਰੇ ਵਿਧਾਇਕ ਮੈਦਾਨ ਵਿੱਚ ਆ ਗਏ ਨੇ। ਯੂਪੀ ਦੀ ਖਬਰ ਵੀ ਹੈ, ਉੱਥੇ ਕੁਝ ਅਧਿਆਪਕਾਂ ਦੀ ਮੌਤ ਹੋਈ ਹੈ, ਉਹਦਾ ਕੀ ਕਾਰਨ ਹੈ, ਇਹਨਾਂ ਸਾਰੀਆਂ ਖਬਰਾਂ 'ਤੇ ਚਰਚਾ ਕਰਦੇ ਹਾਂ। ਪਰ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਉੱਘੇ ਪੱਤਰਕਾਰ ਜਤਿੰਦਰ ਪੰਨੂ ਜੀ ਦਾ। ਪੰਨੂ ਸਾਹਿਬ ਬਹੁਤ ਬਹੁਤ ਸਵਾਗਤ ਜੀ। ਸ਼ੁਕਰੀਆ ਪੰਨੂ ਸਾਹਿਬ। ਕੋਰੋਨਾ ਵਾਇਰਸ ਦੇ ਹਾਲਾਤ ਆਪਾਂ ਦੇਖ ਲਿਆ ਕਿ ਤੇਜ਼ੀ ਨਾਲ ਵਿਗੜ ਰਹੇ ਆ, 17 ਦੇਸ਼ਾਂ ਵਿੱਚ ਨਵਾਂ ਸਟ੍ਰੇਨ ਪਹੁੰਚ ਗਿਆ। UN ਨੇ ਮਦਦ ਦੀ ਹੁਣ ਪੇਸ਼ਕਸ਼ ਕੀਤੀ ਹੈ, ਪਹਿਲਾਂ ਵੀ ਕੀਤੀ ਸੀ ਕਈ ਵਾਰ, ਕਿਵੇਂ ਦੇਖਦੇ ਹੋ ਹੁਣ UN ਵੀ ਅੱਗੇ ਆ ਗਿਆ, ਹੋਰ ਵੀ ਕਈ ਦੇਸ਼ ਅੱਗੇ ਆ ਰਹੇ ਆ? ਦੇਖੋ, ਅਸੀਂ ਜਿੱਡੀ ਵੱਡੀ ਮੁਸ਼ਕਿਲ 'ਚ ਫਸ ਗਏ ਜੀ, ਉਹਦੇ 'ਚੋਂ ਨਿਕਲਣ ਵਾਸਤੇ ਕੋਈ ਰਾਹ ਨਹੀਂ ਲੱਭਦਾ ਪਿਆ। ਬਿਲਕੁਲ। ਦੇਸ਼ ਦਾ ਪ੍ਰਧਾਨ ਮੰਤਰੀ ਜਲਸਿਆਂ ਵਿੱਚ ਖਲੋ ਕੇ ਉੱਚੀਆਂ ਉੱਚੀਆਂ ਤਕਰੀਰਾਂ ਕਰਨੀਆਂ ਅਤੇ ਟਾਰਾਂ ਮਾਰਨੀਆਂ ਜਾਣਦਾ ਜੀ। ਛੁੱਟੀ ਵਾਲੇ ਦਿਨ ਬਾਜ਼ਾਰ ਬੰਦ ਹੋਵੇ ਅਤੇ ਦੁਕਾਨਾਂ 'ਤੇ ਥੜਿਆਂ 'ਤੇ ਤਾਸ਼ ਖੇਡਣ ਵਾਲੇ ਜਿਸ ਤਰ੍ਹਾਂ ਹੱਥ 'ਤੇ ਹੱਥ ਮਾਰ ਕੇ ਕਹਿੰਦੇ, ਕਿਉਂ ਧਨੀ ਰਾਮਾ ਲੱਗ ਗਈ ਸੀਪ ਕਿ ਨਹੀਂ, ਸਾਡਾ ਪ੍ਰਧਾਨ ਮੰਤਰੀ ਚੋਣ ਜਲਸਿਆਂ 'ਚ ਕਹਿੰਦਾ ਕਿਉਂ ਮੈਂ ਕਰਤਾ ਕਿ ਨਹੀਂ ਜੀ, ਉਹ ਜਿਹੜੀਆਂ ਗੱਲਾਂ ਸੀ। ਹੁਣ ਇੱਥੇ ਆ ਕੇ ਕੰਮ ਦੇ ਫਰੰਟ ਉੱਤੇ ਪਤਾ ਲੱਗਦਾ ਕਿ ਪ੍ਰਧਾਨ ਮੰਤਰੀ, ਉਹਦੀ ਸਰਕਾਰ ਇੰਨੀ ਬੁਰੀ ਤਰ੍ਹਾਂ ਫੇਲ ਹੋਏ ਨੇ ਕਿ ਦੇਸ਼ ਦੀ ਖਜ਼ਾਨਾ ਮੰਤਰੀ ਦਾ ਪਤੀ ਜੀ ਇਹ ਛਿੱਬੀਆਂ ਦਿੰਦਾ, ਮਿਹਣੇ ਦਿੰਦਾ ਕਿ ਤੁਸੀਂ ਕੀਤਾ ਕੀ ਆ, ਲੋਕਾਂ ਨੂੰ ਰੋੜ ਕੇ ਰੱਖ ਦਿੱਤਾ। ਪਹਿਲਾਂ ਤੁਸੀਂ ਨੋਟਬੰਦੀ ਕੀਤੀ ਸੀ, ਤੁਸੀਂ ਵੇਖ ਲਿਆ ਕਿ ਲੋਕ ਚੀਕਾਂ ਮਾਰ ਕੇ ਚੁੱਪ ਕਰ ਜਾਂਦੇ ਆ ਜੀ। ਹੁਣ ਵੀ ਤੁਸੀਂ ਇਹੋ ਸੋਚਦੇ ਪਏ ਆ ਕਿ ਲੋਕ ਚੀਕਾਂ ਮਾਰ ਕੇ ਚੁੱਪ ਕਰ ਜਾਣਗੇ? ਕੱਲ੍ਹ ਭਾਰਤ ਦੇ ਵਿੱਚ ਮੌਤਾਂ ਦੀ ਗਿਣਤੀ 2,04,000 ਟੱਪ ਗਈ ਹੈ, 2 ਲੱਖ ਤੋਂ ਟੱਪ ਕੇ 4,000 ਉੱਪਰ ਹੋ ਗਈ ਆ ਜੀ। ਅੱਜ ਹੁਣ ਕਿੱਥੋਂ ਤੱਕ ਜਾਣੀ ਆ ਕੋਈ ਪਤਾ ਨਹੀਂ। ਰੋਜ਼ ਮੌਤਾਂ ਹੋ ਰਹੀਆਂ ਨੇ। ਫਿਰ ਕੱਲ੍ਹ ਜਿਹੜੇ ਅੰਕੜੇ ਅੱਜ ਸਵੇਰ ਤੜਕੇ ਤੱਕ ਮਿਲੇ, 3,80,000 ਨਵੇਂ ਕੇਸ ਮਿਲ ਗਏ ਨੇ। ਦੇਸ਼ ਦੀ ਰਾਜਧਾਨੀ ਦਿੱਲੀ, ਦਿੱਲੀ ਦੇ ਚੜ੍ਹਦੇ ਪਾਸੇ ਉੱਤਰ ਪ੍ਰਦੇਸ਼ ਦਾ ਨੋਇਡਾ ਜੀ, ਲਹਿੰਦੇ ਪਾਸੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਦੇ ਨਾਲ ਗੁੜਗਾਓਂ, ਜਿਹਦਾ ਨਵਾਂ ਨਾਂ, ਅੱਜ ਕੱਲ੍ਹ ਨਾਂ ਰੱਖਣ ਦੀ ਵੀ ਇੱਕ ਨਵੀਂ ਬਿਮਾਰੀ ਚੱਲੀ ਹੈ, ਨਵਾਂ ਨਾਂ ਗੁਰੂਗ੍ਰਾਮ ਰੱਖਤਾ। ਇੱਥੋਂ ਸ਼ੁਰੂ ਕਰਕੇ ਸਭ ਥਾਵਾਂ ਦੇ ਉੱਤੇ ਦੇਸ਼ ਵਿੱਚ ਤਬਾਹੀ ਮੱਚੀ ਪਈ ਆ। ਬਿਲਕੁਲ। ਅੱਜ ਪਟਨੇ ਦੀ ਹਾਈ ਕੋਰਟ ਨੇ ਬਿਹਾਰ ਦੀ ਜਿਹੜੀ ਜਨਤਾ ਦਲ ਯੂ ਅਤੇ ਭਾਜਪਾ ਦੀ ਸਰਕਾਰ ਆ, ਉਹਨੂੰ ਪੁੱਛਿਆ, ਤੁਸੀਂ ਕਹਿੰਦੇ ਸਾਰੇ ਪ੍ਰਬੰਧ ਪੂਰੇ ਆ, ਫਿਰ ਲੋਕ ਮਰਦੇ ਕਿਉਂ ਜਾਂਦੇ ਆ? ਜਿਹਨਾਂ ਨੂੰ ਮਰਨ ਦਾ ਸ਼ੌਕ ਹੈ, ਆਕਸੀਜਨ ਤਾਂ ਤੁਹਾਡੇ ਹਸਪਤਾਲਾਂ 'ਚ ਮਿਲਦੀ ਨਹੀਂ। ਕੱਲ੍ਹ UP 'ਚ ਭਾਜਪਾ ਦਾ ਤੀਸਰਾ ਵਿਧਾਇਕ ਕੋਰੋਨਾ ਦੀ ਬਿਮਾਰੀ ਨਾਲ ਮਰਿਆ। ਉਹ ਜੇ ਮੈਂ ਭੁੱਲਦਾ ਨਹੀਂ ਤਾਂ ਨਾਂ ਸ਼ਾਇਦ ਕੇਸਰ ਸਿੰਘ ਗੰਗਵਾਰ ਹੈ ਜੀ। ਉਹਦੇ ਪੁੱਤਰ ਨੇ ਰੋ ਰੋ ਕੇ ਦੱਸਿਆ ਕਿ ਮੇਰਾ ਬਾਪ ਰਾਜਘਰ ਦੀ ਪਾਰਟੀ ਦਾ MLA ਸੀ, UP 'ਚ ਸਾਡਾ ਰਾਜ, ਕੇਂਦਰ 'ਚ ਸਾਡੇ ਪ੍ਰਧਾਨ ਮੰਤਰੀ ਮੋਦੀ ਦਾ ਰਾਜ, ਮੇਰਾ ਬਾਪ ਫੋਨ ਕਰਦਾ ਰਿਹਾ ਯੋਗੀ ਆਦਿੱਤਿਆ ਨਾਥ ਅਤੇ ਉਹਦੀ ਸਾਰੀ ਟੀਮ 'ਚ, ਉਹਦੇ ਦਫ਼ਤਰ 'ਚੋਂ ਕਿਸੇ ਨੇ ਫੋਨ ਨਹੀਂ ਚੁੱਕਿਆ। ਆਹ ਉਹਨੇ ਆਖਿਆ, ਚਿੱਠੀ ਮੇਰੇ ਪਿਓ ਨੇ ਲਿਖੀ ਸੀ ਕਿ ਮੈਂ MLA ਹਾਂ, ਮੈਂ ਮਰ ਚੱਲਿਆ, ਦਿੱਲੀ ਦੇ ਫਲਾਨੇ ਹਸਪਤਾਲ 'ਚ ਇੱਕ ਬੈੱਡ ਦਵਾ ਦਿਓ। ਉਹਦੀ ਚਿੱਠੀ ਦਾ ਵੀ ਕਿਸੇ ਨੇ ਜਵਾਬ ਨਹੀਂ ਦਿੱਤਾ। ਉਹ ਕਹਿੰਦਾ ਮੇਰਾ ਪਿਓ ਮਰ ਗਿਆ, ਭਾਜਪਾ ਦਾ MLA ਮਰ ਗਿਆ, ਧੰਨ ਹੈ ਯੋਗੀ ਮਹਾਰਾਜ ਅਤੇ ਧੰਨ ਹੈ ਪ੍ਰਧਾਨ ਮੰਤਰੀ ਜੀ, ਇਹ ਧੰਨ ਉਹਦੇ ਪੁੱਤਰ ਨੇ ਕੀਤੀ ਹੈ, ਮੈਂ ਨਹੀਂ ਕਰ ਰਿਹਾ। ਬਿਲਕੁਲ। ਇਹ ਕਰਦੇ ਕੀ ਪਏ ਨੇ? ਸਭ ਥਾਵਾਂ 'ਤੇ ਡਰਾਮੇਬਾਜ਼ੀ ਚੱਲਦੀ ਪਈ ਹੈ, ਕਿਸੇ ਥਾਂ ਦੇ ਉੱਤੇ ਆਕਸੀਜਨ ਪੂਰੀ ਨਹੀਂ ਹੋ ਰਹੀ। ਹੁਣ ਸਾਰੀ ਦੁਨੀਆ ਤੋਂ ਜਿੱਥੋਂ ਕੁਝ ਮਿਲਦਾ ਇਸ ਵੇਲੇ ਇਹ ਫਟਾਫਟ ਹੱਥ ਅੱਡ ਕੇ ਲੈ ਰਹੇ ਨੇ। ਨੌਬਤ ਇਹ ਆ ਗਈ ਹੈ ਕਿ ਨਾ ਕਰਨ ਜੋਗੇ ਨਹੀਂ ਜੀ। ਭਾਰਤ ਪਹਿਲਾਂ ਸਾਰੀ ਦੁਨੀਆ ਤੋਂ ਰਿਲੀਫ ਮੰਗਦਾ ਹੁੰਦਾ ਸੀ। 2004 'ਚ ਪ੍ਰਧਾਨ ਮੰਤਰੀ ਬਣ ਕੇ ਮਨਮੋਹਨ ਸਿੰਘ ਨੇ ਆਖਿਆ ਸੀ, ਭਾਰਤ ਬਹੁਤ ਵੱਡਾ ਦੇਸ਼, ਅਸੀਂ ਮੁਸ਼ਕਿਲਾਂ ਝੱਲ ਸਕਦੇ, ਸਾਨੂੰ ਦੁਨੀਆ ਤੋਂ ਕਿਸੇ ਰਿਲੀਫ ਦੀ ਲੋੜ ਨਹੀਂ। ਉਦੋਂ ਸੁਨਾਮੀ ਆਈ ਸੀ। ਉਹਨੇ ਕਿਹਾ ਤੁਸੀਂ ਲੋੜਵੰਦਾਂ ਦੀ ਮਦਦ ਕਰੋ, ਜੇ ਹੋ ਸਕਿਆ ਤਾਂ ਅਸੀਂ ਉੱਥੇ ਹਿੱਸਾ ਪਾਵਾਂਗੇ। ਉਹਦੇ ਤੋਂ ਬਾਅਦ 16 ਸਾਲ ਲੰਘਾ ਕੇ ਪਹਿਲੀ ਵਾਰ ਇਹ ਨੌਬਤ ਆਈ ਹੈ ਕਿ ਭਾਰਤ ਫਿਰ ਸਾਰੀ ਦੁਨੀਆ ਤੋਂ ਰਿਲੀਫ ਮੰਗਦਾ ਪਿਆ, ਮਦਦ ਮੰਗਦਾ ਪਿਆ ਜੀ। ਇੱਥੇ ਇਹਨਾਂ ਦਾ ਆਪਣਾ ਹਾਲ ਕੀ ਹੈ? ਵੈਂਟੀਲੇਟਰ ਬਣਾਉਣ ਦੇ ਆਰਡਰ ਦੇ ਦਿੱਤੇ ਪਿਛਲੇ ਸਾਲ, 58,000 ਆਰਡਰ ਦਿੱਤੇ ਜੀ। ਇਹ ਪਹਿਲਾਂ ਗਿਣਿਆ ਨਹੀਂ ਦੇਸ਼ 'ਚ ਵੈਂਟੀਲੇਟਰ ਕਿੰਨੇ, ਫਿਰ ਆਰਡਰਾਂ 'ਚੋਂ 30,000 ਵੈਂਟੀਲੇਟਰ ਲੈ,
28,000 ਰਹਿਣ ਦਿੱਤੇ ਵੀ ਕੋਈ ਨਹੀਂ ਹੁਣ ਲੋੜ ਨਹੀਂ ਜੀ। ਜਿਹੜੇ ਲਏ ਉਹ ਕਿਸੇ ਥਾਂ 'ਤੇ ਜਾ ਕੇ ਪਤਾ ਲੱਗਾ ਨਿਕੰਮੇ ਸਾਬਤ ਹੋਏ ਆ, ਬਿਲਕੁਲ ਕਿਸੇ ਥਾਂ ਦੇ ਉੱਤੇ ਭੇਜ ਦਿੱਤੇ, ਉਹਨਾਂ ਦੇ ਸਾਫਟਵੇਅਰ ਦਾ ਨੁਕਸ, ਕਿਸੇ ਥਾਂ 'ਤੇ ਭੇਜ ਦਿੱਤੇ ਅਤੇ ਚਲਾਉਣਾ ਨਹੀਂ ਸਿਖਾਇਆ, ਉਹ ਰੱਖ ਕੇ ਬੈਠੇ ਆ 6-6 ਮਹੀਨੇ ਹੋ ਗਏ ਅਤੇ ਚੱਲਦੇ ਨਹੀਂ ਕਿਉਂਕਿ ਚਲਾਉਣ ਵਾਲਾ ਕੋਈ ਨਹੀਂ। ਬਿਲਕੁਲ। ਫਿਰ ਵੈਂਟੀਲੇਟਰਾਂ ਦੇ ਰੇਟ, ਇੱਕ ਕੰਪਨੀ ਨੂੰ 80,000 ਰੁਪਈਏ ਦੇ ਵਿੱਚ ਵੈਂਟੀਲੇਟਰ ਬਣਾਉਣ ਦਾ ਠੇਕਾ ਦਿੱਤਾ ਜੀ, ਇੱਕ ਨੂੰ 1,10,000 ਰੁਪਈਏ ਦੇ ਵਿੱਚ ਵੈਂਟੀਲੇਟਰ ਬਣਾਉਣ ਦਾ ਠੇਕਾ ਦਿੱਤਾ, ਉਹ ਹੀ ਵੈਂਟੀਲੇਟਰ ਇੱਕ ਕੰਪਨੀ ਨੂੰ 7,00,000 ਦਾ ਬਣਾਉਣ ਦਾ ਠੇਕਾ ਦਿੱਤਾ ਜੀ। ਇਹ 19-21 ਤਾਂ ਸੁਣਿਆ ਸੀ, 21-31 ਵੀ ਸੁਣਿਆ ਸੀ, 21 ਅਤੇ 121 ਦਾ ਫਰਕ ਤਾਂ ਪਹਿਲੀ ਵਾਰ ਵੇਖਿਆ, ਇੰਨਾ ਨਾ ਫਰਕ ਪੈਣ ਡਿਆ, ਇਹ ਕਿੱਦਾਂ ਦੀ ਸਰਕਾਰ ਚੱਲਦੀ ਪਈ ਹੈ। ਅਸੀਂ ਸੁਣਿਆ ਸੀ ਚੋਰਾਂ ਦੇ ਕੱਪੜੇ ਡਾਂਗਾਂ ਦੇ ਗਜ ਜੀ, ਇੱਥੇ ਸਰਕਾਰਾਂ ਦਾ ਪੈਸਾ ਅਤੇ ਲੁਟੇਰਿਆਂ ਦੇ ਗਜ। ਅੱਜ ਇਹ ਖਬਰ ਆਉਂਦੀ ਪਈ ਹੈ ਨੋਇਡਾ ਤੋਂ, ਹੋਰ ਥਾਵਾਂ ਤੋਂ, ਕਿ ਹਸਪਤਾਲਾਂ ਦੇ ਵਿੱਚ ਲੋਕਾਂ ਨੂੰ ਆਕਸੀਜਨ ਕੀ ਮਿਲਣੀ ਹੈ, ਬੈੱਡ ਕੀ ਮਿਲਣੇ ਆ, ਜਾਲੀ ਮਰੀਜ਼ ਪਾਏ ਗਏ ਜਿਹੜੇ 5-star ਹਸਪਤਾਲ ਆ ਉਹਨਾਂ ਨੇ ਪਾਏ ਆ, ਕੀ ਹੁੰਦਾ ਉੱਥੇ। ਕੋਈ ਇੱਕ ਬੰਦਾ ਜਿਹਦਾ ਨਾਂ ਰਾਮਟੇਕ ਯਾਦਵ ਹੈ ਜੀ, ਹਸਪਤਾਲ 'ਚ ਪਿਆ, ਜਾ ਕੇ ਪੁੱਛਿਆ, ਉਹ ਕਹਿੰਦਾ ਮੈਨੂੰ ਬਿਮਾਰੀ ਕੋਈ ਨਹੀਂ, ਹਸਪਤਾਲ ਵਾਲੇ ਰੋਜ਼ ਦਾ 1,000 ਰੁਪਇਆ ਦਿੰਦੇ ਆ ਕਿ ਤੂੰ ਉੱਥੇ ਪਿਆ ਰਹੇ, ਮੇਰਾ ਆਧਾਰ ਕਾਰਡ ਲਿਆ, ਮੇਰੇ ਨਾਂ ਦੇ ਉੱਤੇ ਪੈਸੇ ਖਾਧੇ ਜਾ ਰਹੇ, ਦਵਾਈਆਂ ਪਾਈਆਂ ਜਾ ਰਹੀਆਂ ਨੇ, ਹਸਪਤਾਲ 'ਚ 20-25 ਬੈੱਡ ਇਸ ਕੰਮ ਲਈ ਰੱਖੇ। ਜਦੋਂ ਕੋਈ ਖਾਂਦਾ ਪੀਂਦਾ ਮਰੀਜ਼ ਆ ਜਾਂਦਾ, ਉਹ ਕਹਿੰਦੇ ਜੀ ਇਸ ਮਰੀਜ਼ ਵਾਸਤੇ ਅਸੀਂ 2,00,000 ਰੁਪਇਆ ਵੀ ਦੇਣਾ ਦੇਣ ਲਈ ਤਿਆਰ ਹਾਂ, ਸਾਨੂੰ ਬੈੱਡ ਦਿਓ, ਬੈੱਡ ਹੀ ਆ ਨਹੀਂ। ਉਹ ਕਹਿੰਦੇ ਜੀ 3,00,000 ਦੇ ਦਿਆਂਗੇ, ਬੈੱਡ ਹੀ ਆ ਨਹੀਂ। ਕਹਿੰਦੇ ਜੀ 4,00,000 ਦੇ ਦਿਆਂਗੇ। ਅੱਛਾ ਤੁਸੀਂ ਜ਼ਿਆਦਾ ਜ਼ੋਰ ਪਾਉਂਦੇ ਹੋ ਤਾਂ ਇੱਦਾਂ ਕਰੋ ਪਿੱਛੇ ਆ ਜਾਓ, ਪਿੱਛੇ ਜਾ ਕੇ 1,00,000 ਰੁਪਈਏ ਲੈ ਕੇ ਗੱਲਾਂ ਕਰਦਿਆਂ, ਕਹਿੰਦੇ ਕੋਈ ਨਹੀਂ ਕਰਾਉਂਦੇ ਹਾਂ। ਅੰਦਰ ਜਾ ਕੇ ਉਹਨੂੰ ਕਹਿੰਦੇ ਆ ਤੂੰ ਰਾਮਟੇਕ ਯਾਦਵ, ਤੂੰ ਠੀਕ ਆ, ਉਹਨੂੰ ਸਲਿੱਪ ਬਣਾ ਕੇ ਦੇ ਦਿੰਦੇ ਕਿ ਹੁਣ ਠੀਕ ਹੋ ਗਿਆ, ਉਹਦੇ ਵਾਲਾ ਬੈੱਡ ਖਾਲੀ ਕਰਾ ਕੇ ਅਤੇ ਉਹਨਾਂ ਦੇ ਬੰਦੇ ਨੂੰ ਪਾ ਦਿੰਦੇ ਆ, ਅਤੇ ਉਹਨੂੰ ਕਹਿੰਦੇ ਆ ਕਿ ਤੂੰ ਇੰਨੇ ਦਿਨ 12 ਦਿਨ 13 ਦਿਨ 14 ਦਿਨ ਜਿੰਨੇ ਰਿਹਾ 19,000 ਰੁਪਈਏ ਲੈ ਜਾ, ਉਹ ਆਪਣੀ ਥਾਂ ਖੁਸ਼ ਹੈ, ਹਸਪਤਾਲ ਵਾਲੇ ਉਹ 'ਚੋਂ ਕਮਾਈ ਕਰ ਜਾਂਦੇ ਆ, ਉਹ ਇੱਕੇ ਵਾਰੀ 4-5 ਲੱਖ ਰੁਪਈਆ ਇਸ ਗੱਲ 'ਚੋਂ ਕਮਾ ਜਾਂਦੇ। ਉਨੇ ਦਿਨਾਂ 'ਚ ਜਿਹੜੀਆਂ ਦਵਾਈਆਂ ਉਹਦੇ ਨਾਂ 'ਤੇ ਅਸਲੀ ਰੇਟ 'ਤੇ ਲਈਆਂ ਨੇ ਜੀ, ਜਿਹੜਾ ਨਵਾਂ ਮਰੀਜ਼ ਆਇਆ ਉਹਨੂੰ ਕਹਿੰਦੇ ਦਵਾਈਆਂ ਤਾਂ ਮਿਲਦੀਆਂ ਹੀ ਨਹੀਂ, ਕਹਿੰਦੇ ਕੀ ਕਰੀਏ ਅਸੀਂ ਤਾਂ ਪੈਸੇ ਖਰਚਣ ਨੂੰ ਤਿਆਰ ਹੈ, ਜਿੱਥੋਂ ਮਰਜ਼ੀ ਮੰਗਾਓ। ਕਹਿੰਦੇ ਇੱਕ ਨੰਬਰ ਲੈ ਲਓ, ਨੰਬਰ ਵੀ ਆਪਣੇ ਕਿਸੇ ਕਲਰਕ ਦਾ, ਆਪਣੇ ਕਿਸੇ ਸੇਵਾਦਾਰ ਦਾ ਦਿੰਦੇ ਆ, ਉਹ ਫਿਰ ਉੱਤੇ ਫੋਨ ਕਰਦੇ ਜੀ ਫਲਾਨੀ ਦਵਾਈ ਚਾਹੀਦੀ ਹੈ, ਪਹਿਲਾਂ 2 ਵਾਰੀ ਉਹ ਨਾ ਕਰਦਾ, ਫਿਰ ਉਹ 5,000 ਵਾਲੀ ਦਵਾਈ ਕਹਿੰਦਾ ਜੀ 85,395 ਰੁਪਈਏ ਲੱਗਣਗੇ, ਉਹ ਕਹਿੰਦੇ ਜੀ ਇੰਨੇ ਹੀ ਲੈ ਦਿਆਂਗੇ। ਉਹੀ ਦਵਾਈਆਂ ਜਿਹੜੀਆਂ ਰਾਮਟੇਕ ਯਾਦਵ ਦੇ ਨਾਂ 'ਤੇ ਜਾਰੀ ਕੀਤੀਆਂ, ਉਹ ਕਿਸੇ ਸੇਠ ਦੀਨ ਦਿਆਲ ਦੇ ਬਾਪੂ ਨੂੰ ਜਾਂ ਉਹਦੇ ਪੁੱਤਰ ਨੂੰ ਜਾਂ ਉਹਦੇ ਘਰ ਦੇ ਕਿਸੇ ਜੀ ਨੂੰ ਦੇਣ ਵਾਸਤੇ 85,000 ਦੀਆਂ ਬਣ ਜਾਂਦੀਆਂ ਜੀ। ਇਹ ਸਾਰਾ ਕੁਝ ਦਿੱਲੀ ਵਿੱਚ ਹੁੰਦਾ ਪਿਆ, ਨੋਇਡਾ 'ਚ ਹੁੰਦਾ ਪਿਆ, ਆਸੇ ਪਾਸੇ ਹੁੰਦਾ ਪਿਆ, ਅਤੇ ਬਾਕੀ ਥਾਵਾਂ 'ਤੇ ਕੀ ਹਾਲ ਹੈ। ਅੱਜ ਫਿਰ ਇੱਕ ਥਾਂ ਤੋਂ ਖਬਰ ਆ ਗਈ ਹੈ 6-7 ਮਰੀਜ਼ ਮਰ ਗਏ ਨੇ। ਰਾਤੀਂ ਖਬਰ ਆਈ ਹੈ ਕਿ ਰਾਜਸਥਾਨ ਦੇ ਇੱਕ ਹਸਪਤਾਲ 'ਚ ਗੈਸ ਮੁੱਕ ਗਈ, ਡਾਕਟਰਾਂ ਨੂੰ ਪਤਾ ਸੀ ਕਿ ਹੁਣ ਗੈਸ ਆ ਨਹੀਂ ਰਹੀ ਜੀ, ਅਸੀਂ ਬਾਹਰ ਦੱਸਿਆ ਅਤੇ ਮਰੀਜ਼ਾਂ ਨੇ ਸਾਨੂੰ ਕੁੱਟ ਕੱਟ ਦੇਣਾ, ਮਰੀਜ਼ਾਂ ਦੇ ਵਾਰਸਾਂ ਨੇ, ਜੇ ਕੋਈ ਮਰੀਜ਼ ਮਰ ਗਿਆ ਤਾਂ ਵੀ ਸਾਨੂੰ ਛਿੱਤਰ ਪੈਣੇ ਆ, ਕਿਉਂਕਿ ਦਿੱਲੀ 'ਚ ਪੈ ਚੁੱਕੇ। ਉਹਨਾਂ ਕੀ ਕੀਤਾ ਕਿ ਦਰਵਾਜ਼ੇ ਬੰਦ ਕੀਤੇ, ਪਿਛਲੇ ਦਰਵਾਜ਼ੇ ਡਾਕਟਰ ਅਤੇ ਨਰਸਾਂ ਸਾਰੇ ਚਲੇ ਗਏ, ਮਰੀਜ਼ਾਂ ਨੂੰ ਬਾਹਰ ਪਤਾ ਲੱਗਾ ਕਿ ਆਕਸੀਜਨ ਮੁੱਕ ਗਈ ਆ, ਮਰੀਜ਼ਾਂ ਦੇ ਵਾਰਸਾਂ ਨੂੰ ਪਤਾ ਲੱਗਾ ਆਕਸੀਜਨ ਮੁੱਕ ਗਈ ਆ, ਮਰੀਜ਼ ਮਰਨ ਲੱਗੇ ਆ। ਉਹਨਾਂ ਨੇ ਹੰਗਾਮਾ ਕੀਤਾ, ਰੌਲਾ ਪਾਇਆ, ਪੁਲਿਸ ਆਈ, ਰਾਤੋਂ ਰਾਤ ਉਹ ਸਾਰੇ ਜਿਹੜੇ ਮਰੀਜ਼ ਸੀ ਦੂਸਰੇ ਹਸਪਤਾਲਾਂ 'ਚ ਸ਼ਿਫਟ ਕੀਤੇ ਗਏ। ਇਹ ਅੱਜ ਸਵੇਰੇ ਤੜਕੇ ਉੱਠਦਿਆਂ ਸਾਨੂੰ ਖਬਰ ਸੁਣਨ ਨੂੰ ਮਿਲੀ ਹੈ ਕਿ ਰਾਤ ਆਹ ਵਾਪਰਿਆ। ਇਹ ਕਿੱਦਾਂ ਦੀ ਨਾਰਕੀ ਪਈ ਆ ਇਸ ਦੇਸ਼ ਦੇ ਵਿੱਚ, ਸਰਕਾਰ ਨਾਂ ਦੀ ਕੋਈ ਚੀਜ਼ ਹੈਗੀ ਆ? ਉਹ ਬੰਦਾ ਜਿਹੜਾ ਕਹਿੰਦਾ ਸੀ ਕਿ ਮੈਂ ਆਹ ਕਰ ਦਿਆਂਗਾ, ਚੋਣ ਜਲਸਿਆਂ 'ਚ ਕਹਿੰਦਾ ਧਨੀ ਰਾਮਾ ਲਾਤੀ ਸੀਪ ਕੇ ਨਹੀਂ, ਉਹ ਦੇਸ਼ ਨੂੰ ਨਹੀਂ ਸੰਭਾਲ ਰਿਹਾ ਤਾਂ ਕੀ ਕਰ ਰਿਹਾ? ਆਹ ਮੌਕਾ ਦੇਸ਼ ਨੂੰ ਸੰਭਾਲਣ ਦਾ ਉਹ ਨਹੀਂ ਸੰਭਾਲਿਆ ਜਾ ਰਿਹਾ ਜੀ। ਬਦਕਿਸਮਤੀ ਨਾਲ ਇਸ ਵੇਲੇ ਮੁਲਕ ਦੇ ਲੋਕ ਇੱਕ ਇਹੋ ਜਿਹੀ ਐਮਰਜੈਂਸੀ ਭੁਗਤਦੇ ਪਏ ਜਿਹੜੀ ਮੰਜਿਆਂ ਤੋਂ ਉੱਠ ਕੇ ਮੜੀਆਂ ਤੱਕ ਜਾਂਦੀ ਹੈ, ਅਤੇ ਉੱਥੇ ਜਾ ਕੇ ਸਿਵੇ ਵੀ ਨਹੀਂ ਲੱਭਦੇ, ਬਾਹਰ ਵੇਟਿੰਗ ਲਾਈਨ ਲੱਗੀ ਹੈ ਜੀ। ਬਹੁਤ ਵੱਡੀ ਮੁਸ਼ਕਲ 'ਚ ਅਸੀਂ ਫਸੇ ਹਾਂ, ਅਤੇ ਦੇਸ਼ ਦੀ ਸਰਕਾਰ, ਅਸੀਂ ਸੁਣਿਆ ਸੀ ਨੀਰੋ ਸੜਦਾ ਪਿਆ ਸੀ, ਰੋਮ ਦਾ ਸ਼ਹਿਰ ਜਿਹੜਾ ਉਹ ਸੜਦਾ ਪਿਆ ਸੀ, ਅਤੇ ਨੀਰੋ ਉਸ ਵਕਤ ਬੰਸਰੀ ਦੀਆਂ ਸੁਰਾਂ ਕੱਢ ਰਿਹਾ ਸੀ। ਸਾਡਾ ਇੱਥੇ ਭਾਰਤ ਇਸ ਵੇਲੇ ਵਹਿਣ ਪੈਂਦੇ ਆ, ਸਿਵਿਆਂ ਦੇ ਵਿੱਚ ਲਾਈਨਾਂ ਲੱਗੀਆਂ ਨੇ, ਵੇਟਿੰਗ ਲਿਸਟਾਂ ਨੇ। ਸਾਡਾ ਪ੍ਰਧਾਨ ਮੰਤਰੀ ਚੋਣਾਂ ਲੜਦਾ ਪਿਆ, ਚੋਣ ਜੁਮਲੇ ਸੁਣਾਉਂਦਾ ਪਿਆ, ਇਹ ਸਭ ਕੁਝ ਬੰਦ ਹੋਣਾ ਚਾਹੀਦਾ, ਔਰ ਇਹਦੇ ਉੱਤੇ ਲੋਕਾਂ ਨੂੰ ਇਹਦਾ ਜਵਾਬ ਚਾਹੀਦਾ, ਦੇਸ਼ ਦੀ ਸਰਕਾਰ ਨੂੰ ਇਹਦਾ ਜਵਾਬ ਦੇਣਾ ਚਾਹੀਦਾ ਕਿ ਸਭ ਹੋਇਆ ਅਤੇ ਕਿਉਂ ਹੋਇਆ।
ਪੰਨੂ ਸਾਹਿਬ, ਵੈਸੇ ਬਹੁਤ ਹੈਰਾਨ ਕਰਨ ਵਾਲੀ ਗੱਲ ਹੈ, ਇੱਕ ਪਾਸੇ ਬਿਆਨ ਆਉਂਦੇ ਆ, ਗ੍ਰਹਿ ਮੰਤਰਾਲਾ ਕਹਿੰਦਾ ਸਾਡੇ ਕੋਲ ਆਕਸੀਜਨ ਦੇ ਭੰਡਾਰ ਆ, ਹਰਿਆਣੇ ਵਾਲੇ ਵੀ ਕਹਿਤਾ ਕਿ ਸਾਡੇ ਕੋਲ ਭੰਡਾਰ ਹੈਗਾ, ਫਿਰ ਕਮੀ ਜਿਹੜੀ ਹਸਪਤਾਲਾਂ 'ਚ ਉਹ ਕਿਉਂ ਨਹੀਂ ਦਿਸਦੀ? ਥਾਲੀਆਂ ਚਮਚੇ ਵਜਾਉਣ 'ਤੇ ਹੋਏ ਸੀਗੇ ਪਹਿਲਾਂ ਤਾਂ। ਜੇ ਭੰਡਾਰ ਹੈ ਤਾਂ ਰਾਤੋਂ ਰਾਤ ਏਅਰਫੋਰਸ ਦੇ ਜਹਾਜ਼ ਭੇਜ ਕੇ ਅਤੇ ਸਾਊਦੀ ਅਰਬ ਤੋਂ ਹੋਰ ਕਿਉਂ ਮੰਗਾਇਆ? ਜਰਮਨੀ ਤੋਂ ਵੀ ਆਇਆ। ਸਿੰਗਾਪੁਰ ਤੋਂ ਕਿਉਂ ਮੰਗਾਉਂਦੇ ਪਏ? ਜਰਮਨੀ ਤੋਂ ਕਿਉਂ ਮੰਗਾਉਂਦੇ ਪਏ? ਤੁਹਾਡੇ ਕੋਲ ਤਾਂ ਆਪਣੇ ਭੰਡਾਰ ਬਹੁਤ ਨੇ। ਬਿਲਕੁਲ। ਉਹ ਸਾਰੇ ਭੰਡਾਰ ਜਿਹੜੇ ਤੁਹਾਡੇ ਉਹਦੇ ਹੁੰਦੇ ਆ, ਬਾਹਰੋਂ ਕਿਉਂ ਮੰਗਾ ਰਹੇ ਜੀ? ਜੀ, ਤੁਸੀਂ ਤਾਂ ਫਿਰ ਬਾਹਰ ਲਿਆ ਨੂੰ ਆਖੋ ਕਿ ਤੁਹਾਨੂੰ ਚਾਹੀਦੀ ਸਾਡੇ ਤੋਂ ਲੈਣੇ, ਸਾਡੇ ਕੋਲ ਹੈਗੇ ਭੰਡਾਰ। ਬਿਲਕੁਲ। ਉਹ ਭੰਡਾਰ ਕਾਹਦੇ ਲਈ ਰੱਖੇ ਆ, ਕਿੱਥੇ ਰੱਖੇ ਆ? ਲੋਕਾਂ ਨੂੰ ਪਤਾ ਤਾਂ ਲੱਗਣੇ ਚਾਹੀਦੇ, ਬਲੈਕ ਕਰਨ ਵਾਸਤੇ ਰੱਖੇ ਆ ਕਿ ਕਾਹਦੇ ਲਈ? ਕਾਹਦੇ ਲਈ ਰੱਖੇ ਆ? ਇਹ ਆਖਣਾ ਸਾਡੇ ਕੋਲ ਸਭ ਕੁਝ ਹੈਗਾ, ਔਰ ਹੈਗਾ ਕੱਖ ਵੀ ਨਹੀਂ ਜੀ। ਜਨਮ ਕੇ ਅੰਦੇ ਨਾਮ ਨੈਣ ਸੁੱਖ, ਇਹ ਕੀ ਕਰਦੇ ਕੀ ਪਏ ਨੇ? ਸਮਝ ਹੀ ਨਹੀਂ ਲੱਗ ਰਹੀ ਦੇਸ਼ ਦੇ ਲੋਕਾਂ ਨੂੰ। ਇਸ ਮੌਕੇ 'ਤੇ ਇਹਨਾਂ ਨੂੰ ਥੋੜ੍ਹਾ ਜ਼ਿੰਮੇਵਾਰੀ ਦਾ ਅਹਿਸਾਸ ਚਾਹੀਦਾ, ਥੋੜ੍ਹਾ ਸ਼ਰਮ ਦਾ ਅਹਿਸਾਸ ਵੀ ਚਾਹੀਦਾ। ਤੁਸੀਂ ਦੱਸਿਆ ਕਈ ਥਾਵਾਂ 'ਤੇ ਨਾਮ ਬਦਲੇ ਜਾ ਰਹੇ ਆ, ਕਈ ਥਾਵਾਂ 'ਤੇ ਕਾਨੂੰਨ ਵੀ ਹੁਣ ਲਿਆਏ ਜਾ ਰਹੇ ਨਵੇਂ। ਦਿੱਲੀ ਵਿੱਚ ਆਪਾਂ ਦੇਖਿਆ ਸਾਰੀਆਂ ਤਾਕਤਾਂ ਹੁਣ ਲੈਫਟੀਨੈਂਟ ਗਵਰਨਰ ਨੂੰ ਦਿੱਤੀਆਂ ਕੇਂਦਰ ਸਰਕਾਰ ਨੇ, ਮਤਲਬ ਉੱਥੇ ਵੀ ਹੁਣ ਆਉਣ ਵਾਲੇ ਸਮੇਂ 'ਚ ਰਾਜਨੀਤੀ ਬਦਲ ਜਾਣੀ ਆ? ਰਾਜਨੀਤੀ ਕੀ ਸਾਰਾ ਢਾਂਚਾ ਹੀ ਬਦਲ ਗਿਆ ਜੀ। ਕੱਲ੍ਹ ਤੱਕ ਮੁੱਖ ਮੰਤਰੀ ਆਪਣੇ ਤੌਰ 'ਤੇ ਫੈਸਲੇ ਕਰਦਾ ਸੀ, ਮੁੱਖ ਮੰਤਰੀ ਗਲੀ ਗਲੀ ਤੁਰਿਆ ਫਿਰਦਾ ਸੀ, ਭੀੜ ਦੇ ਵਿੱਚ ਵੀ ਜਾਂਦਾ ਸੀ, ਖਤਰਾ ਮੁੱਲ ਲੈ ਕੇ ਵੀ ਜਾਂਦਾ ਸੀ। ਬਿਲਕੁਲ। ਲੈਫਟੀਨੈਂਟ ਗਵਰਨਰ ਕੌਣ ਹੈ? ਬਾਦਸ਼ਾਹ, ਜਿੱਥੇ ਅੰਗਰੇਜ਼ਾਂ ਵਾਲਾ ਵਾਇਸਰਾਏ ਰਹਿੰਦਾ ਹੁੰਦਾ ਸੀ, ਉਸੇ ਵਾਇਸਰਾਏ ਵਾਲੀ ਕੋਠੀ 'ਚ ਅੱਜ ਕੱਲ੍ਹ ਲੈਫਟੀਨੈਂਟ ਗਵਰਨਰ ਰਹਿੰਦਾ। ਲੈਫਟੀਨੈਂਟ ਗਵਰਨਰ ਸਾਹਿਬ ਨੂੰ ਕਹਿਤਾ ਕਿ ਦਿੱਲੀ ਦੀ ਸਰਕਾਰ ਦਾ ਮਤਲਬ ਮੁੱਖ ਮੰਤਰੀ ਨਹੀਂ, ਲੈਫਟੀਨੈਂਟ ਗਵਰਨਰ ਆ ਜੀ। ਦਿੱਲੀ ਦੇ ਮੁੱਖ ਮੰਤਰੀ ਨੇ ਕੋਈ ਵੀ ਫੈਸਲਾ ਕਰਨਾ, ਲੈਫਟੀਨੈਂਟ ਗਵਰਨਰ ਤੋਂ ਪਰਮਿਸ਼ਨ ਲੈਣੀ ਪਏਗੀ। ਸ਼ਾਮ ਨੂੰ ਮੁੱਖ ਮੰਤਰੀ ਚਿੱਠੀ ਲਿਖੇਗਾ, ਫਲਾਨੀ ਕਲੋਨੀ ਦੇ ਵਿੱਚ ਜਿਹੜਾ ਸ਼ਮਸ਼ਾਨ ਘਾਟ ਆ ਉੱਥੇ 29 ਖੱਡੇ ਸਨ, ਲਾਸ਼ਾਂ 62 ਆ ਗਈਆਂ ਨੇ। ਲੈਫਟੀਨੈਂਟ ਗਵਰਨਰ ਸਾਹਿਬ, ਹਿਜ ਐਕਸੀਲੈਂਸੀ, ਬੜੀ ਸਤਿਕਾਰ ਸਹਿਤ ਬੇਨਤੀ ਹੈ ਕਿ ਸਾਨੂੰ 23 ਖੱਡੇ ਪੁੱਟਣ ਦੀ ਆਗਿਆ ਦਿੱਤੀ ਜਾਵੇ। ਇੱਕ ਚਿੱਠੀ ਅੱਧੇ ਘੰਟੇ ਬਾਅਦ ਫਿਰ ਜਾਵੇਗੀ, ਫਲਾਨੀ ਕਲੋਨੀ ਦੇ ਵਿੱਚ ਲੱਕੜਾਂ ਮੁੱਕ ਗਈਆਂ ਸ਼ਮਸ਼ਾਨ ਘਾਟ 'ਚ, ਹਿਜ ਐਕਸੀਲੈਂਸੀ ਤੁਹਾਨੂੰ ਚਿੱਠੀ ਭੇਜ ਰਿਹਾ, ਸਤਿਕਾਰ ਸਾਥ ਬੇਨਤੀ ਹੈ ਕਿ ਇੰਨੇ ਮਣ ਲੱਕੜਾਂ ਹੋਰ ਚਾਹੀਦੀਆਂ ਨੇ, ਇੰਨੇ 100 ਮਣ ਮੰਗਾ ਲਈਆਂ ਜਾਣ ਤਾਂ ਠੀਕ ਰਹਿਣਗੀਆਂ, ਆਪ ਪ੍ਰਵਾਨਗੀ ਦਿਓ। ਉਹ ਰੱਖ ਛੱਡੇਗਾ, ਅਗਲੇ ਦਿਨ ਸਵੇਰੇ ਪ੍ਰਵਾਨਗੀ ਦੇ ਕੇ ਭੇਜੇਗਾ। ਲੈਫਟੀਨੈਂਟ ਗਵਰਨਰ ਅਤੇ ਗਵਰਨਰ ਅੱਗੇ ਜਿੱਦਾਂ ਦੀਆਂ ਪ੍ਰਵਾਨਗੀ ਦਿੰਦੇ ਨੇ ਸਾਨੂੰ ਨਹੀਂ ਪਤਾ। ਇਹਨਾਂ ਨੇ 22-23 ਮਾਰਚ ਨੂੰ ਜਦੋਂ ਇਹ ਕਾਨੂੰਨ ਪਾਸ ਕੀਤਾ ਸੀ, ਅਸੀਂ ਉਦੋਂ ਕਹਿੰਦੇ ਸਰ ਗਲਤ ਕਰਦੇ ਹਾਂ, ਸਰਕਾਰ ਲੋਕਾਂ 'ਚ ਰਹਿੰਦੀ ਆ, ਲੋਕਾਂ ਨੂੰ ਜਵਾਬ ਦੇ ਆ, ਲੋਕਾਂ ਤੋਂ ਵੋਟਾਂ ਨਾਲ ਚੁਣ ਕੇ ਆਈ ਆ, ਕਾਹਨੂੰ ਲੋਕਾਂ ਕੋਲ ਜਾਣਾ? ਲੋਕਾਂ ਨੇ ਘੇਰ ਕੇ ਆਖਣਾ, ਵੋਟਾਂ ਮੰਗਣ ਆ ਗਏ, ਮੂੰਹ ਚੱਕ ਕੇ, ਸਾਡੇ ਲਈ ਕੀਤਾ ਕੀ ਹੈ? ਲੈਫਟੀਨੈਂਟ ਗਵਰਨਰ ਤਾਂ ਤੁਹਾਡਾ ਨਾਮੀਨੇਟ ਕੀਤਾ, ਉਹ ਬੰਦਾ ਇੱਕ ਦਿਨ ਵਾਈਸ ਚਾਂਸਲਰ ਹੁੰਦਾ, ਦੂਸਰੇ ਦਿਨ ਤੁਸੀਂ ਉਹਨੂੰ ਚੋਣ ਕਮਿਸ਼ਨ ਦਾ ਮੁਖੀ ਲਾ ਦਿੰਦੇ ਆ, ਤੀਸਰੇ ਦਿਨ ਤੁਸੀਂ ਕਿਸੇ ਕਾਰਪੋਰੇਸ਼ਨ ਦਾ ਚੇਅਰਮੈਨ ਲਾ ਦਿੰਦੇ ਆ, ਚੌਥੇ ਦਿਨ ਉਹ ਤੁਹਾਡਾ ਪਾਰਲੀਮੈਂਟ ਮੈਂਬਰ ਹੁੰਦਾ, ਪੰਜਵੇਂ ਦਿਨ ਤੁਸੀਂ ਉਹਨੂੰ ਵੇਖ ਕੇ ਜ਼ਿਆਦਾ ਚਹੇਤਾ ਬਣ ਗਿਆ, ਉਹਨੂੰ ਗਵਰਨਰ ਜੇ ਥੋੜ੍ਹਾ ਘੱਟ ਹੋਵੇ ਤਾਂ ਲੈਫਟੀਨੈਂਟ ਗਵਰਨਰ ਲਾ ਦਿੰਦੇ ਆ ਜੀ। ਉਹਨਾਂ ਨੇ ਕਦੇ ਲੋਕਾਂ ਜਾ ਕੇ ਵੇਖਿਆ ਹੀ ਨਹੀਂ, ਲੋਕਾਂ ਦੀਆਂ ਚੀਕਾਂ ਵੱਜਦੀਆਂ ਨਹੀਂ ਸੁਣੀਆਂ, ਲੋਕਾਂ ਨੇ ਤਕਲੀਫ਼ ਹੀ ਨਹੀਂ ਜਾਣਦੇ, ਉਹਨਾਂ ਨੂੰ ਕੀ ਪਤਾ? ਔਰ ਤੁਸੀਂ ਇਹੋ ਜਿਹੇ ਮੌਕੇ ਜਦੋਂ ਵਹਿਣ ਪੈਂਦੇ ਪਏ, ਉਦੋਂ ਅਸੀਂ ਇਹ ਸੁਣਿਆ ਸੀ ਮੈਦਾਨੇ ਜੰਗ ਦੇ ਵਿੱਚ ਜਦੋਂ ਮੌਤ ਨੱਚਦੀ ਹੋਏ, ਜਦੋਂ ਜਾਨ ਤਲੀ 'ਤੇ ਰੱਖੀ ਹੋਵੇ, ਉਸ ਮੌਕੇ ਮੈਦਾਨੇ ਜੰਗ 'ਚ ਸ਼ਾਹ ਸਵਾਰ ਨਹੀਂ ਬਦਲੇ ਜਾਂਦੇ ਜੀ, ਅਤੇ ਇਸ ਵੇਲੇ ਦਿੱਲੀ ਛੱਡ ਕੇ ਸਾਰੇ ਦੇਸ਼ ਦੇ ਵਿੱਚ ਮੌਤ ਨੱਚਦੀ ਪਈ ਹੈ, ਉਸ ਮੌਕੇ 'ਤੇ ਰਾਜ ਦੀ ਕਮਾਨ ਬਦਲਦੇ ਪਏ ਹੋ, ਮੁੱਖ ਮੰਤਰੀ ਕੋਲੋਂ ਖੋਹ ਕੇ ਸਾਰਾ ਕੁਝ ਉਸ ਅਫਸਰ ਨੂੰ ਦੇ ਰਹੇ ਹੋ ਜਿਹੜਾ ਅੰਗਰੇਜ਼ਾਂ ਦੇ ਵਾਇਸਰਾਏ ਵਾਲੇ ਮਹਿਲ 'ਚ ਰਹਿੰਦਾ, ਉਹ ਤਾਂ ਤੁਸੀਂ ਲੈ ਕੇ ਲਓਗੇ, ਇਹਦੇ ਨਾਲ ਸਥਿਤੀ 'ਚ ਸੁਧਾਰ ਕਿੱਦਾਂ ਹੋ ਜਾਏਗਾ? ਇੱਕ ਗੱਲ ਹੋਰ ਸਮਝਾਇਓ, ਬਹੁਤ ਲੰਬੇ ਸਮੇਂ ਤੋਂ ਇਹ ਕੰਮ ਹੋ ਰਿਹਾ ਜਾਂ ਫਿਰ ਅਰਵਿੰਦ ਕੇਜਰੀਵਾਲ ਹੋਣਾ ਨੇ ਜਿੱਦਾਂ ਪਿਛਲੇ ਸਮੇਂ ਦੇ ਦੌਰਾਨ ਕੰਮ ਕੀਤੇ ਆ, ਇਹਨੂੰ ਦੇਖ ਕੇ ਵੱਖ ਵੱਖ ਸੂਬਿਆਂ 'ਚ ਵੀ ਜਿੱਦਾਂ ਸਰਕਾਰਾਂ ਬਦਲਣ ਦੀ ਕੋਸ਼ਿਸ਼ ਕੀਤੀ, ਕਈ ਥਾਂ ਬਦਲ ਵੀ ਦਿੱਤੀਆਂ, ਉਹਦੇ ਆਧਾਰ 'ਤੇ ਫੈਸਲਾ ਲਿਆ ਗਿਆ ਲੱਗਦਾ? ਪਤਾ ਨਹੀਂ ਕਿਉਂ ਕੇਜਰੀਵਾਲ ਪਹਿਲੇ ਦਿਨ ਤੋਂ ਉਹਨਾਂ ਨੂੰ ਪਸੰਦ ਨਹੀਂ, ਮੈਂ ਕੇਜਰੀਵਾਲ ਦੀਆਂ ਬਹੁਤ ਸਾਰੀਆਂ ਗੱਲਾਂ ਦੇ ਖਿਲਾਫ਼ ਜੀ, ਕਈ ਗੱਲਾਂ ਦੇ ਖਿਲਾਫ਼ ਹੈ। ਹੁਣ ਪ੍ਰਧਾਨ ਮੰਤਰੀ ਦੀ ਮੀਟਿੰਗ ਸੀ, ਉਸ ਦਿਨ ਜਿਵੇਂ ਉਹਨੇ ਲਾਈਵ ਕੀਤਾ, ਮੀਟਿੰਗ ਕੀਤੀ, ਮੈਂ ਉਹਦੀ ਨੁਕਤਾਚੀ ਨਹੀਂ ਕੀਤੀ ਸੀ, ਇਹਨੇ ਕਿਉਂ ਕੀਤਾ, ਇਹ ਸੈਲਫ ਪ੍ਰੋਜੈਕਸ਼ਨ ਕਿਉਂ ਕੀਤੀ? ਪਰ ਜਿਹੜਾ ਕੰਮ ਉਹ ਠੀਕ ਕਰਦਾ ਉਹਨੂੰ ਠੀਕ ਮੰਨ ਲਓ, ਜਿਹੜਾ ਕੰਮ ਤੁਹਾਡੇ ਤੋਂ ਗਲਤ ਹੋਇਆ ਗਲਤ ਮੰਨ ਲਓ, ਹਰ ਗੱਲ 'ਚ ਕੇਜਰੀਵਾਲ ਠੀਕ ਨਹੀਂ ਅਤੇ ਹਰ ਗੱਲ 'ਚ ਗਲਤ ਵੀ ਨਹੀਂ ਜੀ। ਜੇ ਬਾਕੀ ਸਾਰੇ ਥਾਵਾਂ 'ਤੇ ਹੁਣ ਤੱਕ ਤੁਹਾਡੇ ਪਹਿਲਾਂ 5 ਸਾਲਾਂ ਦੇ ਵਿੱਚ 3 ਮੁੱਖ ਮੰਤਰੀ ਬਦਲ ਗਏ, ਮਦਨ ਲਾਲ ਖੁਰਾਣਾ, ਸਾਹਿਬ ਸਿੰਘ ਵਰਮਾ, ਸੁਸ਼ਮਾ ਸਵਰਾਜ, ਦਿੱਲੀ 'ਚ 5 ਸਾਲਾਂ 'ਚ 3 ਮੁੱਖ ਮੰਤਰੀ ਤੁਸੀਂ ਬਦਲ ਦਿੱਤੇ, ਫਿਰ ਕਾਂਗਰਸ ਪਾਰਟੀ ਦਾ ਰਾਜ ਆ ਗਿਆ, ਉਹਨਾਂ ਨੇ ਉਲਟਾ ਕੀਤਾ, 15 ਸਾਲਾਂ 'ਚ 3 ਵਾਰੀਆਂ 'ਚ ਇੱਕੋ ਮੁੱਖ ਮੰਤਰੀ ਬੀਬੀ ਸ਼ੀਲਾ ਦੀਕਸ਼ਿਤ ਰਹੀ ਜੀ। ਜਦੋਂ ਤੁਹਾਡੇ 5 ਸਾਲਾਂ 'ਚ 3 ਮੁੱਖ ਮੰਤਰੀ ਸੀ, ਉਦੋਂ ਵੀ ਤਾਕਤ ਮੁੱਖ ਮੰਤਰੀ ਕੋਲ ਹੁੰਦੀ ਸੀ, ਲੈਫਟੀਨੈਂਟ ਗਵਰਨਰ ਕੋਲ ਨਹੀਂ। ਜਦੋਂ ਕਾਂਗਰਸ ਦੀ 3 ਵਾਰੀਆਂ 'ਚ ਇੱਕੋ ਮੁੱਖ ਮੰਤਰੀ ਸੀ, ਉਦੋਂ ਵੀ ਤਾਕਤ ਮੁੱਖ ਮੰਤਰੀ ਕੋਲ ਸੀ, ਲੈਫਟੀਨੈਂਟ ਗਵਰਨਰ ਕੋਲ ਨਹੀਂ। ਇਹ ਕੇਜਰੀਵਾਲ ਆ ਗਿਆ ਅਤੇ ਕੀ ਬਿੱਲੀ ਰਸਤਾ ਕੱਟ ਗਈ ਆ ਕਿ ਤੁਸੀਂ ਸਾਰੀਆਂ ਤਾਕਤਾਂ ਖੋ ਕੇ ਇੱਕ ਵਾਇਸਰਾਏ ਵਾਲੇ ਮਹਿਲ ਦੇ ਵਿੱਚ ਬੈਠੇ ਬੰਦੇ ਨੂੰ ਦੇਈ ਜਾ ਰਹੇ ਹੋ? ਤੁਸੀਂ ਇਹਦਾ ਮਲਕੰਮ ਨਹੀਂ ਚੱਲਣ ਦੇਣਾ ਚਾਹੁੰਦੇ, ਅੜਿੱਕੇ ਪਾਉਣਾ ਚਾਹੁੰਦੇ ਹੋ? ਅੱਗੇ ਤੁਸੀਂ ਬੀਬੀ ਕਿਰਨ ਬੇਦੀ ਨੂੰ, ਜਿਹੜੀ ਦਿੱਲੀ ਦੇ ਲੋਕਾਂ ਵੱਲੋਂ ਰਿਜੈਕਟ
ਤੇ ਉਹਨੂੰ ਤੁਸੀਂ ਚੁੱਕ ਕੇ ਤੇ ਪਾਂਡੀਚਰੀ ਦੀ ਲੈਫਟੀਨੈਂਟ ਗਵਰਨਰ ਲਾਤਾ। ਉਹਨੇ ਉੱਥੇ ਜਾ ਕੇ ਚੁਣੀ ਹੋਈ ਸਰਕਾਰ ਨੂੰ ਤੰਗ ਕਰਨਾ ਸ਼ੁਰੂ ਕਰਤਾ ਤੇ ਕੰਮ ਇੱਕੋ ਸੀ ਕਿ ਤੁਸੀਂ ਰਾਤ ਦਿਨ ਲੱਗੇ ਰਹੇ ਤੇ ਉਹਨਾਂ ਦੀ ਸਰਕਾਰ ਦੇ ਕਾਂਗਰਸ ਦੇ ਬੰਦੇ ਤੋੜ ਕੇ ਐਮਐਲਏ ਆਪਣੇ 'ਚ ਰਲਾ ਲਏ, ਰਲਾ ਕੇ ਤੇ ਤੁਸੀਂ ਉਹ ਸਰਕਾਰ ਤੋੜਨੀ ਸੀ, ਤੋੜ ਦਿੱਤੀ। ਉਹ ਕਿਰਨ ਬੇਦੀ ਨੂੰ ਉਹ ਤੋਂ ਇੱਕ ਹਫ਼ਤਾ ਪਹਿਲਾਂ ਉੱਥੋਂ ਛੁੱਟੀ ਕਰਵਾ ਦਿੱਤੀ ਤਾਂ ਕਿ ਉਹਦੇ ਨਾਂ ਨਾ ਲੱਗੇ, ਪਰ ਸਰਕਾਰ 'ਤੇ ਤਾਂ ਤੋੜਨੀ ਸੀ, ਤੋੜ ਦਿੱਤੀ। ਹੁਣ ਕੀ ਦਿੱਲੀ ਦੀ ਸਰਕਾਰ ਤੋੜਨ ਵਾਸਤੇ ਪ੍ਰਬੰਧ ਕੀਤੇ ਜਾ ਰਹੇ ਨੇ? ਇਹ ਜੋ ਕੁਛ ਹੋ ਰਿਹਾ ਸਾਰਾ ਕੁਝ ਗਲਤ ਆ। ਇਸ ਵੇਲੇ ਸਾਰਾ ਧਿਆਨ ਲੋਕਾਂ ਦੀਆਂ ਜਾਨਾਂ ਬਚਾਉਣ 'ਤੇ ਚਾਹੀਦਾ, ਇਹ ਕੁਰਸੀਆਂ ਖੋਣ 'ਤੇ ਲਾ ਰਹੇ ਜੀ। ਹੁਣ ਸਰ ਪੰਜਾਬ ਦੀ ਰਾਜਨੀਤੀ ਦੀ ਗੱਲ ਕਰਦੇ ਹਾਂ, ਪੰਜਾਬ ਦੀ ਰਾਜਨੀਤੀ ਵਿੱਚ ਵੀ ਖਿੱਚੋ ਤਾਣ ਜਾਣੀ। ਆਪਾਂ ਦੇਖਿਆ ਪਹਿਲਾਂ ਕਿ ਨਵਜੋਤ ਸਿੰਘ ਸਿੱਧੂ ਨੇ ਕਈ ਤਰ੍ਹਾਂ ਦੇ ਦੋਸ਼ ਲਗਾਏ ਆ, ਉਸ ਤੋਂ ਬਾਅਦ ਹੁਣ ਪ੍ਰਗਟ ਸਿੰਘ ਹੁਣੀ ਆ ਗਏ ਆ, ਹੋਰ ਵੀ ਕਈ ਲੱਗੇ ਆ, ਚਿੱਠੀਆਂ ਲਿਖਦੇ ਰਹਿੰਦੇ ਆ, ਪਰ ਕਿਵੇਂ ਦੇਖਦੇ ਹੋ ਇਹਨਾਂ ਹਾਲਾਤਾਂ ਨੂੰ ਜੋ ਪੰਜਾਬ ਸਰਕਾਰ ਦੇ ਬਣਦੇ ਜਾ ਰਹੇ, ਕਿਉਂਕਿ ਵਿਧਾਇਕਾਂ ਨਾਲ ਮੀਟਿੰਗ ਵੀ ਹੋਈ ਆ ਕੱਲ੍ਹ ਪ੍ਰਗਟ ਸਿੰਘ ਨੇ? ਕੱਲ੍ਹ ਜਿਹੜੀਆਂ ਗੱਲਾਂ ਕਹੀਆਂ ਜੀ, ਬਹੁਤਾ ਕੁਝ ਨੇ ਉਹ ਆਖਿਆ ਜਿਹੜਾ ਹੁਣ ਤੱਕ ਦੂਜੇ ਵੀ ਕਹਿੰਦੇ ਸੀ। ਇੱਕ ਗੱਲ ਉਹਨੇ ਸਿਰੇ ਦੀ ਸੱਟ ਮਾਰੀ, ਉਹਨੇ ਕਿਹਾ ਮੈਂ ਇੰਡੀਆ ਦੀ ਹਾਕੀ ਟੀਮ ਦਾ ਇੰਨੇ ਸਾਲ ਕਪਤਾਨ ਰਿਹਾ ਜੀ, ਠੀਕ ਆ ਮੈਂ ਚੰਗਾ ਖੇਡਦਾ ਹੋਵਾਂਗਾ, ਪਰ ਮੇਰੀ ਜ਼ਿੰਮੇਵਾਰੀ ਇਕੱਲੇ ਖੇਡਣ ਦੀ ਨਹੀਂ ਸੀ, ਮੇਰੀ ਜ਼ਿੰਮੇਵਾਰੀ ਆਪਣੇ ਨਾਲ ਦੇ 10 ਪਲੇਅਰ ਜਿਹੜੇ ਖੇਡਦੇ ਆ ਉਹਨਾਂ ਨੂੰ ਕਮਾਂਡ ਕਰਨ ਦੀ ਸੀ, ਤੂੰ ਇਸ ਪਾਸੇ ਰਿਹਾ, ਤੂੰ ਇਸ ਪਾਸੇ ਰਿਹਾ, ਤੂੰ ਸੈਂਟਰ ਫਾਰਵਰਡ, ਤੂੰ ਅੱਗੇ ਜਾ ਕੇ ਕੋਲ ਕਰਨਾ, ਤੂੰ ਵੇਲੇ ਸਿਰੇ ਨੂੰ ਪਾਸ ਦੇ, ਤੂੰ ਪਾਸ ਕਿਉਂ ਨਹੀਂ ਦਿੱਤਾ, ਇਹ ਸਾਰਾ ਕੁਝ ਚੈੱਕ ਕਰਨ ਦੀ ਜ਼ਿੰਮੇਵਾਰੀ ਮੇਰੀ ਸੀ। ਕਹਿੰਦਾ ਪੰਜਾਬ ਸਰਕਾਰ ਦਾ ਮੁੱਖ ਮੰਤਰੀ, ਪੰਜਾਬ ਦੀ ਰਾਜਨੀਤੀ ਦਾ ਕਪਤਾਨ, ਉਹਦੀ ਜ਼ਿੰਮੇਵਾਰੀ ਸਿਰਫ ਇਹੋ ਹੈ ਕਿ ਮੈਂ ਕੀ ਕਰਦਾ? ਜੇ ਉਹਦੀ ਟੀਮ ਕੰਮ ਨਹੀਂ ਕਰਦੀ, ਜੇ ਕੋਟਕਪੂਰੇ ਦੇ ਮੁੱਦੇ 'ਤੇ ਸਾਰਾ ਕੁਝ ਕੀਤਾ ਕਤਰਿਆ ਖੂਹ 'ਚ ਪੈ ਗਿਆ ਜੀ, ਤਾਂ ਮੁੱਖ ਮੰਤਰੀ ਕੀ ਕਰਦਾ? ਉਹਨੇ ਅਟੈਕ ਕੀਤਾ ਕੱਲ੍ਹ। ਹੁਣ ਮੁੱਖ ਮੰਤਰੀ ਨੇ ਦੋ ਦਿਨ ਮੀਟਿੰਗਾਂ ਕੀਤੀਆਂ ਨੇ ਵਿਧਾਇਕਾਂ ਦੇ ਨਾਲ, ਉੱਥੇ ਨੇ ਸਫਾਈਆਂ ਦੇਣ ਦਾ ਯਤਨ ਕੀਤਾ, ਆਪਣੇ ਜਿਹੜੇ ਹੈਗੇ ਸੀ ਟੈਕਨੀਕਲ ਟੀਮ ਸਾਰੇ ਜੀ ਕਾਨੂੰਨੀ ਮਾਹਰ ਉੱਥੇ ਬਿਠਾਏ, ਉਹ ਗਣਤੀਆਂ ਲੱਗੇ, ਅੰਕੜੇ ਸ਼ੰਕੜੇ ਪੇਸ਼ ਕਰਨ। ਜਿਹੜੇ ਵਿਧਾਇਕ ਸਨ ਉਹ ਉਹ ਹੀ ਨੇ ਜਿਹੜੇ ਵੇਲੇ ਕੋਲੇ ਜਾਣ 'ਤੇ ਕੈਪਟਨ ਅਮਰਿੰਦਰ ਸਿੰਘ ਦੇ ਗੋਡੀਆਂ ਹੱਥ ਲਾਉਂਦੇ ਆ। ਇਹ ਵੀ ਭਾਰਤ ਦੀ ਰਾਜਨੀਤੀ 'ਚ ਗੰਦਾ ਰਿਵਾਜ਼ ਹੈ ਕਿ ਲੋਕ ਜਾ ਕੇ ਹੱਥ ਨਹੀਂ ਮਿਲਾਉਂਦੇ, ਲੀਡਰ ਨੂੰ ਸਤਿ ਸ਼੍ਰੀ ਅਕਾਲ ਨਹੀਂ ਮਿਲਾਉਂਦੇ, ਗੋਡੀ ਹੱਥ ਲਾਉਂਦੇ ਆ, ਅਤੇ ਕੁਝ ਤਾਂ ਹੋਰ ਵੀ ਜ਼ਿਆਦੇ ਆ, ਪੈਰੀਂ ਹੱਥ ਲਾਉਂਦੇ ਆ, ਝੁਕਦੇ ਜਾਂਦੇ ਨੇ। ਉਹ ਜਿਹੜੇ ਗੋਡੀਆਂ ਹੱਥ ਲਾਉਣ ਵਾਲੇ ਸੀ ਉਹਨਾਂ ਨੇ ਪਹਿਲੀ ਵਾਰੀ ਅੱਗੋਂ ਸਿਰ ਚੁੱਕ ਕੇ ਆਖਿਆ, ਆੜੇ ਤੁਹਾਡੇ ਕਾਨੂੰਨੀ ਮਾਹਰਾਂ ਦੀ ਟੀਮ ਸਾਨੂੰ ਅੰਕੜੇ ਸੁਣਾਉਂਦੀ ਹੈ, ਇਹ ਅੰਕੜੇ ਨਹੀਂ ਚਾਹੀਦੇ ਜੀ, ਪੰਜਾਬ ਦੇ ਲੋਕ ਅਮਲ ਮੰਗਦੇ ਆ, ਪੰਜਾਬ ਦੇ ਲੋਕ ਇਹ ਪੁੱਛਦੇ ਆ ਕੋਟਕਪੂਰੇ ਦਾ ਕੀ ਕੀਤਾ, ਪੰਜਾਬ ਦੇ ਲੋਕ ਇਹ ਪੁੱਛਦੇ ਬੇਅਦਬੀ ਕਾਂਡ ਦਾ ਕੀ ਕੀਤਾ, ਪੰਜਾਬ ਦੇ ਲੋਕ ਇਹ ਪੁੱਛਦੇ ਨਸ਼ਿਆਂ ਦੇ ਸਵਾਲ 'ਤੇ ਕੀ ਕੀਤਾ। ਜਦੋਂ ਇਹ ਸਾਰਾ ਕੁਛ ਹੋ ਗਿਆ, ਫਿਰ ਕੱਲ੍ਹ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਬੜਾ ਪਲੈਨਡ ਇੰਟਰਵਿਊ ਕੀਤਾ, ਉਸ ਇੰਟਰਵਿਊ ਦੇ ਵਿੱਚ ਉਹਨਾਂ ਨੇ ਇਹ ਆਖਿਆ ਬਾਦਲਾਂ ਦੇ ਖਿਲਾਫ ਆਹ ਵਾ ਉਹ ਵਾ ਸਬੂਤ ਆ ਸਭ ਕੁਛ ਆ, ਇਹ ਜਿਹੜੀਆਂ ਗੱਲਾਂ ਅੱਜ ਤੁਸੀਂ ਕਹਿੰਦੇ ਪਏ ਹੋ, ਜਿੱਦਣ ਹਾਈਕੋਰਟ ਦਾ ਫੈਸਲਾ ਅਜੇ ਨਹੀਂ ਸੀ ਆਇਆ ਉਦੋਂ ਕਿਉਂ ਨਾ ਆਖੀਆਂ? ਜਦੋਂ ਹਾਈਕੋਰਟ ਦਾ ਫੈਸਲਾ ਆ ਗਿਆ ਸੀ ਅਜੇ ਲਿਖਤੀ ਕਾਪੀ ਨਹੀਂ ਸੀ ਆਈ, ਤੁਸੀਂ ਉਦੋਂ ਕਿਉਂ ਨਾ ਆਖੀਆਂ? ਜਦੋਂ ਲਿਖਤੀ ਕਾਪੀ ਆ ਗਈ ਕੁੰਵਰ ਵਿਜੇ ਪ੍ਰਤਾਪ ਸਿੰਘ ਅਸਤੀਫਾ ਵੀ ਦੇ ਗਿਆ ਸੀ, ਤੁਸੀਂ ਉਦੋਂ ਕਿਉਂ ਨਾ ਆਖੀਆਂ? ਜਦੋਂ ਪੰਜਾਬ ਕੈਬਨਿਟ ਦੇ ਵਿੱਚ ਇੱਕ ਮੰਤਰੀ ਨੇ ਅਸਤੀਫਾ ਪੇਸ਼ ਕਰ ਦਿੱਤਾ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਅਸਤੀਫਾ ਪੇਸ਼ ਕਰਤਾ, ਤੁਸੀਂ ਉਦੋਂ ਕਿਉਂ ਨਾ ਆਖੀਆਂ? ਅੱਜ ਜਦੋਂ ਤੁਹਾਡੇ MLA ਵੀ ਅੱਗੋਂ ਬਾਗੀ ਸੁਰਾਂ ਕੱਢਣ ਲੱਗ ਪਏ ਨੇ, ਹਰ ਕੋਈ ਸਿਰ ਚੁੱਕ ਕੇ ਕਹਿੰਦਾ ਕੈਪਟਨ ਸਾਹਿਬ ਇਹਦੇ ਨਾਲ ਅਸੀਂ ਲੋਕਾਂ 'ਚ ਜਾਣ ਜੋਗੇ ਨਹੀਂ ਰਹਿ ਗਏ ਜੀ, ਫਿਰ ਤੁਸੀਂ ਇਹਦਾ ਸਪੈਟੀਕਰ ਦਿੰਦੇ ਪਏ ਹੋ, ਪਾਣੀ ਸਿਰੋਂ ਲੰਘਦਾ ਪਿਆ। ਕੈਪਟਨ ਸਾਹਿਬ ਨੇ ਵੇਲੇ ਸਿਰ ਬੋਲਣਾ ਚਾਹੀਦਾ ਸੀ, ਜੇ ਨਹੀਂ ਬੋਲਿਆ ਪੰਜਾਬ ਦਾ ਮੁੱਖ ਮੰਤਰੀ, ਅਤੇ ਜਿਹੜੀ ਗੱਲ ਪ੍ਰਗਟ ਸਿੰਘ ਕਹਿੰਦਾ ਲੜਨ ਫੌਜਾਂ ਨਾ ਸਰਦਾਰਾਂ ਦੇ, ਪਰ ਜੇ ਫੌਜਾਂ ਨਹੀਂ ਲੜੀਆਂ ਤਾਂ ਸਮਝਿਆ ਜਾਂਦਾ ਕਿ ਸਰਦਾਰ ਨੇ ਫੌਜਾਂ ਲੜਾਈਆਂ ਨਹੀਂ, ਜੇ ਲੜਾਉਣ ਜੋਗਾ ਹੁੰਦਾ ਇਹ ਫੌਜਾਂ ਲੜਦੀਆਂ। ਇਹ ਸਾਰਾ ਕੁਝ ਜਿਹੜੇ ਡਰਾਬੈਕ ਆ, ਜਿੰਨੀ ਕਮੀ ਕਮਜ਼ੋਰੀ ਦੀ ਹੈ, ਜਿੱਥੇ ਕਿਤੇ ਵੀ ਭੱਠਾ ਬੈਠਾ ਕਿਸੇ ਨੇ ਨਹੀਂ ਪੁੱਛਣਾ ਕਿ ਅਤੁਲ ਨੰਦਾ ਕੀ ਕਰਨਾ ਸੀ ਜੀ, ਅਤੁਲ ਨੰਦਾ ਕੌਣ ਹੈ, ਉਹਨੇ ਲੋਕਾਂ ਤੋਂ ਵੋਟਾਂ ਲਈਆਂ, ਉਹ ਕੋਈ ਜ਼ਿੰਮੇਵਾਰ ਨਹੀਂ। ਕਿਸੇ ਨੇ ਨਹੀਂ ਪੁੱਛਣਾ ਕਿ ਸਾਰੀ ਟੀਮ ਕੀ ਕਰਦੀ ਰਹੀ ਹੈ, ਜਾਂਚ ਟੀਮ ਕੀ ਕਰਦੀ ਹੈ। ਜਦੋਂ ਜਾਂਚ ਟੀਮ ਦੇ ਵਿੱਚ ਇਹ ਪ੍ਰਭਾਵ ਹੈ, ਜਦੋਂ ਤੁਹਾਡੇ MLA ਕਹਿਣ ਡਿਆ ਕਿ ਦੋਵੇਂ ਤਰ੍ਹਾਂ ਰਲੀਆਂ ਨੇ, ਜਦੋਂ ਤੁਹਾਡੇ ਪਾਰਲੀਮੈਂਟ ਮੈਂਬਰ ਕਹਿੰਦੇ ਆ, ਤੁਹਾਡੇ ਮੰਤਰੀ ਬਾਹਰ ਗੱਲਾਂ ਕਰਦੇ ਆ, ਸੋਮਵਾਰ ਝਗੜਾ ਹੋਇਆ ਕੈਬਨਿਟ ਮੀਟਿੰਗ ਦੇ ਵਿੱਚ ਜੀ, ਸੁਖਜਿੰਦਰ ਸਿੰਘ ਰੰਧਾਵਾ ਅੱਗੋਂ ਬੋਲ ਪਿਆ, ਉਹਨੇ ਆਖਿਆ ਚੁੱਕੋ ਮੇਰਾ ਅਸਤੀਫਾ ਮੈਂ ਚੱਲਿਆ। ਪੰਜਾਬ ਕਾਂਗਰਸ ਦਾ ਪ੍ਰਧਾਨ ਅੱਗੋਂ ਬੋਲ ਪਿਆ ਸੁਨੀਲ ਜਾਖੜ, ਉਹਨੇ ਆਖਿਆ ਚੁੱਕੋ ਮੇਰਾ ਅਸਤੀਫਾ ਮੈਂ ਚੱਲਿਆ। ਸੋਮਵਾਰ ਤੋਂ ਬਾਅਦ ਅੱਜ ਹੁਣ ਵੀਰਵਾਰ ਆ ਗਿਆ ਜੀ, ਇਹਨਾਂ ਦਿਨਾਂ ਦੇ ਵਿੱਚ ਸਿਰਫ ਇੱਕ ਮੰਤਰੀ ਓਨਲੀ ਵਨ ਸਾਧੂ ਸਿੰਘ ਧਰਮਸੋਤ, ਉਹ ਇਕੱਲਾ ਮੁੱਖ ਮੰਤਰੀ ਦੇ ਪੱਖ 'ਚ ਬੋਲਿਆ, ਬਾਕੀ ਦੇ ਸਾਰੇ ਜੋ ਮੰਤਰੀ ਹੈ ਇਹ ਮੁੱਖ ਮੰਤਰੀ ਦੇ ਪੱਖ 'ਚ ਬੋਲੇ ਕਿਉਂ ਨਹੀਂ? ਕਿਉਂਕਿ ਪਤਾ ਬੋਲੇ ਤਾਂ ਅੱਗੋਂ ਜਵਾਬ ਕੀ ਮਿਲਣਾ, ਲੋਕ ਸਾਨੂੰ ਸਮਝਣਗੇ ਕੀ? ਅਤੇ ਸਾਧੂ ਸਿੰਘ ਧਰਮਸੋਤ ਕਿੰਨਾ ਕੁ ਸੱਚਾ ਸੁੱਚਾ, ਆ ਵਜ਼ੀਫਿਆਂ ਦਾ ਰੌਲਾ ਤਾਂ ਅਜੇ ਤੱਕ ਨਹੀਂ ਮੁੱਕਦਾ ਪਿਆ। ਬਿਲਕੁਲ, ਅਸੀਂ ਸਾਧੂ ਸਿੰਘ ਧਰਮਸੋਤ ਦਾ ਪਿਛੋਕੜ ਨਹੀਂ ਜਾਣਦੇ। ਸਾਧੂ ਸਿੰਘ ਧਰਮਸੋਤ ਆਪਣੀਆਂ ਗੱਲਾਂ ਦਾ ਜਵਾਬ ਦੇ ਲਏ ਬਹੁਤ ਹੈ, ਉੱਥੋਂ ਤਾਂ ਆਪਣੀਆਂ ਗੱਲਾਂ ਦਾ ਜਿੰਨੀ ਕਿਸਮ ਦੇ ਦੋਸ਼ ਲੱਗਦੇ ਪਏ ਆ ਉਹਨਾਂ ਦਾ ਜਵਾਬ ਨਹੀਂ ਦਿੱਤਾ ਜਾ ਰਿਹਾ। ਜਦੋਂ ਉਹ ਬੋਲਿਆ ਕੈਪਟਨ ਅਮਰਿੰਦਰ ਸਿੰਘ ਦੇ ਪੱਖ 'ਚ, ਅਤੇ ਲੋਕਾਂ ਨੇ ਉਹਦਾ ਬਿਆਨ ਪੜ੍ਹ ਕੇ ਹੱਸ ਕੇ ਡਾਤਾ, ਲੈ ਵੀ ਵਾਹ, ਕੈਪਟਨ ਅਮਰਿੰਦਰ ਸਿੰਘ ਦਾ ਪੱਖ ਪਾਲਣ ਵਾਲਾ ਇੱਕ ਬੰਦਾ ਤਾਂ ਉੱਠਿਆ ਨਾ, ਸਾਧੂ ਸਿੰਘ ਧਰਮਸੋਤ ਉੱਠਿਆ। ਬਿਲਕੁਲ, ਇਹਨਾਂ ਤੋਂ ਨਾ ਬੋਲ
ਇਹ ਸਾਰੇ ਆਪਣੀ ਟੀਮ ਦੇ ਕਪਤਾਨ ਦੇ ਪੱਖ ਵਿੱਚ ਬੋਲੇ ਕਿਉਂ ਨਹੀਂ? ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਆਸੇ ਪਾਸੇ ਦੀ ਹਵਾ ਚੈੱਕ ਕਰਨੀ ਚਾਹੀਦੀ ਹੈ, ਹਵਾ ਉਹਦੇ ਖਿਲਾਫ ਜਾ ਰਹੀ ਹੈ, ਉਹਦੀ ਟੀਮ ਦੇ ਵਿੱਚ ਉਹਦੇ ਖਿਲਾਫ ਰਹਾਂ। ਸਾਰੇ ਦੇ ਸਾਰੇ ਮੰਤਰੀ ਇਸ ਵੇਲੇ ਜਿੱਥੇ ਬੈਠੇ ਨੇ, ਉਹ ਮੰਤਰੀ ਜੋ ਕੁਛ ਸੋਚਦੇ ਪਏ ਆ, ਉਹ ਮੰਤਰੀ ਜੋ ਕੁਛ ਕਰਦੇ ਪਏ ਆ, ਉਹਨੂੰ ਵੇਖਣਾ ਚਾਹੀਦਾ ਉਹਨਾਂ 'ਚ ਕੋਈ ਮੰਤਰੀ ਉਹਦੇ ਪੱਖ 'ਚ ਕਿਉਂ ਨਹੀਂ ਬੋਲਦਾ ਪਿਆ। ਪੰਜਾਬ ਦੇ ਲੋਕਾਂ ਦੀ ਨਬਜ਼ ਵੱਲ ਵੇਖਣਾ ਚਾਹੀਦਾ। ਬਹੁਤ ਦੇਰ ਕਰ ਦਿੱਤੀ ਹੈ ਬੋਲਦਿਆਂ ਬੋਲਦਿਆਂ, ਹੁਣ ਬੋਲ ਕੇ ਕਹਿਤਾ ਬਾਦਲਾਂ ਦੇ ਖਿਲਾਫ ਸਾਡੇ ਕੋਲ ਸਬੂਤ ਹੈ, ਉਹ ਸਬੂਤ ਕਾਹਦੇ 'ਚ ਰੱਖੇ ਆ? ਇਸ ਕਰਕੇ ਅਗਲੇ ਸਾਲ ਆਪਾਂ ਨਵੇਂ ਸਾਲ ਦੀਆਂ ਜਿਹੜੀਆਂ ਨਮਾਇਸ਼ਾਂ ਲੱਗਣੀਆਂ ਉਹ 'ਚ ਪ੍ਰਦਰਸ਼ਨੀ ਕਰਨੀ, ਲੋਕਾਂ ਨੂੰ ਵਿਖਾਉਣ ਵਾਸਤੇ ਰੱਖਣੇ ਆ, ਜਾਂ ਇਹ ਵੇਲੇ ਕੁਲੇ ਵਾਸਤੇ ਆ? ਇਹ ਕਾਹਦੇ ਲਈ ਰੱਖੇ ਪਏ ਨੇ? ਉਹ ਸਾਰੇ ਦੇ ਸਾਰੇ ਜੇ ਰਾਖੀ ਛੱਡਣੇ ਸੀ, ਪੇਸ਼ ਨਹੀਂ ਸੀ ਕਰਨੇ, ਤਾਂ ਉਹਨਾਂ ਸਬੂਤਾਂ ਦਾ ਫਾਇਦਾ ਕੀ ਹੈ? ਪੱਠ ਪਵੇ ਸੋਨਾ ਜਿਹੜਾ ਕੰਨਾਂ 'ਚ ਖਾਵੇ, ਇਹ ਕੰਨਾਂ ਨੂੰ ਖਾਵੇ, ਇਹ ਕੰਨਾਂ ਨਾਲ ਲਮਕਾ ਕੇ ਰੱਖਣ ਵਾਸਤੇ ਸੋਨਾ, ਉਹਦਾ ਫਾਇਦਾ ਕੀ ਹੈ? ਇਹ ਸਮਝ ਲਮਕਾ ਕੇ ਰੱਖ ਛੱਡੋ, ਥੱਲੇ ਨੁਕਸਾਨ ਬਹੁਤ ਹੋ ਗਿਆ। ਅਜੇ ਵੀ ਕੈਪਟਨ ਅਮਰਿੰਦਰ ਸਿੰਘ ਡੈਮੇਜ ਕੰਟਰੋਲ ਐਕਸਰਸਾਈਜ਼ ਦੇ ਬਜਾਏ ਜਿਸ ਤਰ੍ਹਾਂ ਦੇ ਉਹ ਬਿਆਨ ਦੇ ਰਹੇ ਨੇ, ਜਿਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਨੇ, ਇਹ 'ਚੋਂ ਫਾਇਦਾ ਨਹੀਂ ਹੋ ਸਕਦਾ। ਪਰ ਸਾਹਿਬ ਇੱਕ ਗੱਲ ਛੋਟੀ ਜਿਹੀ ਹੋਰ ਆ, ਸਮਾਂ ਵੀ ਚਲੋ ਹੋ ਰਿਹਾ, ਜਿਹੜਾ ਕੁੰਵਰ ਵਿਜੇ ਪ੍ਰਤਾਪ ਉਹਨਾਂ ਦਾ ਪਹਿਲਾਂ ਨਾਮ ਆਉਂਦਾ ਸੀਗਾ, ਪੱਖਪਾਤ ਦੇ ਦੋਸ਼ ਫਿਰ ਲੱਗੇ ਆ। ਕੈਪਟਨ ਅਮਰਿੰਦਰ ਸਿੰਘ ਨੇ ਵੀ ਸਿੱਧੇ ਤੌਰ 'ਤੇ ਕਹਿਤਾ ਕਿ ਹੋਇਆ ਹੋ ਸਕਦਾ ਕਿ ਦੋਸ਼ ਲੱਗਦੇ ਆ, ਪਰ ਚਲਾਨ ਪੇਸ਼ ਕਰਨ ਤੋਂ ਪਹਿਲਾਂ ਕਿੱਥੇ ਸੀ ਸਾਰਾ ਕੁਛ? ਇਹ ਮੈਂ ਕਹਿੰਦਾ ਜੇ ਹੋਇਆ ਹੋਵੇ ਤਾਂ ਫਿਰ ਜਿਹੜੀ ਗੱਲ ਪ੍ਰਗਟ ਸਿੰਘ ਕਹਿੰਦਾ ਜੀ ਕਿ ਕਪਤਾਨ ਦੀ ਜ਼ਿੰਮੇਵਾਰੀ ਕੀ ਹੈ, ਟੀਮ ਦੇ ਵਿੱਚ ਕੋਈ ਨੁਕਸ ਰਹਿ ਗਿਆ? ਬਿਲਕੁਲ, ਜ਼ਿੰਮੇਵਾਰੀ ਤਾਂ ਕਪਤਾਨ ਦੇ ਸਿਰ 'ਤੇ ਫਿੱਟ ਆਉਣੀ ਹੈ ਨਾ, ਕੈਪਟਨ ਸਾਹਿਬ ਉਹਦਾ ਜਵਾਬ ਦੇਣ। ਸੋ ਦੇਖਦੇ ਹਾਂ ਜੀ ਕੈਪਟਨ ਅਮਰਿੰਦਰ ਸਿੰਘ ਹੁਣ ਕੀ ਜਵਾਬ ਦਿੰਦੇ ਆ ਇੱਥੇ, ਕਿਉਂਕਿ ਮਾਹੌਲ ਬਹੁਤ ਗਰਮ ਹੋ ਗਿਆ ਰਾਜਨੀਤੀ ਦੇ ਵਿੱਚ, ਅਤੇ 2022 ਦੀਆਂ ਚੋਣਾਂ ਵੀ ਹੈ। ਪਨ ਸਾਹਿਬ ਤੁਸੀਂ ਚਰਚਾ ਕੀਤੀ, ਬਹੁਤ ਬਹੁਤ ਧੰਨਵਾਦ। ਸ਼ੁਕਰੀਆ। ਸੋ ਅੱਜ ਦੇ ਇਸ ਪ੍ਰੋਗਰਾਮ ਨੂੰ ਹੁਣ ਇੱਥੇ ਸਮਾਪਤ ਕਰਦੇ ਹਾਂ, ਕੱਲ੍ਹ ਫਿਰ ਨਵੇਂ ਪ੍ਰੋਗਰਾਮ ਨਾਲ ਹਾਜ਼ਰ ਹੋਵਾਂਗੇ। ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ।